ਮੇਰਾ ਇਸ ਵਾਰ ਮਹਿੰਦੀ ਹੈ ਜੀ। ਮੈਂ ਸ਼੍ਰੀ ਗੁਰਦਾਸ ਇੰਟਰਨੈਸ਼ਨਲ ਆਰਗਨਾਈਜੇਸ਼ਨ ਫਾਰ ਹਿਊਮਨ ਰਾਈਟਸ ਜਿਹੜੀ ਕਿ ਯੂਕੇ ਦੇ ਵਿੱਚ ਚੈਰਿਟੀ ਰਜਿਸਟਰਡ ਹੈਗੀ ਆ, ਉਹਦਾ ਮੈਂ ਸੇਵਾਦਾਰ ਹੈਗਾ। ਅਤੇ ਇਹ ਜੋ ਦਿੱਲੀ ਤੁਗਲਾਬਾਦ ਦੇ ਵਿੱਚ ਜਿਹੜੀ ਸਾਡਾ ਉੱਥੇ ਗੁਰਦਾਸ ਮਹਾਰਾਜ ਜੀ ਦਾ ਮੰਦਰ ਢਾਇਆ ਗਿਆ, ਉਸ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਐਨ ਆਰ ਆਈ ਲੋਕਾਂ ਦੀ ਜਿੰਨੇ ਵੀ ਗੁਰਦਾਸੀਆ ਸਮਾਜ ਹੈਗਾ ਆ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਇਸ ਗੱਲ ਦਾ ਰੋਸ ਹੈਗਾ ਆ। ਅਤੇ ਅਸੀਂ ਇਹ ਜਿਹੜੀ ਭਾਰਤ ਸਰਕਾਰ ਹੈਗੀ ਆ, ਅਸੀਂ ਉਹਨੂੰ ਇੱਕ ਬੇਨਤੀ ਕਰਦੇ ਹੈਗੇ ਹਾਂ ਕਿ ਇਹ ਜਿਹੜਾ ਇੰਡੀਆ ਜਿਹੜੀ ਹੈਗੀ ਆ, ਜਿਹੜਾ ਭਾਰਤ ਹੈਗਾ ਆ, ਇਹ ਇੱਕ ਡੈਮੋਕ੍ਰੇਟਿਕ ਕੰਟਰੀ ਹੈਗਾ, ਇਹ ਇੱਕ ਜਾਤ ਦਾ ਇੱਕ ਬਰਾਦਰੀ ਦਾ ਮੁਲਕ ਨਹੀਂ ਹੈਗਾ। ਇੱਥੇ ਹਰ ਇੱਕ ਇਨਸਾਨ ਨੂੰ ਆਪਣੀ ਮਰਜ਼ੀ ਦੇ ਨਾਲ ਆਪਣੀ ਜ਼ਿੰਦਗੀ ਚਲਾਉਣ ਦਾ ਅਧਿਕਾਰ ਹੈ। ਸਾਡੇ ਅੱਜ ਸਾਡੇ ਹੀ ਮੰਦਰ ਕਿਉਂ ਢਾਏ ਜਾ ਰਹੇ ਹੈਗੇ ਆ। ਇਸ ਕਰਕੇ ਮੈਂ ਜੀ ਮੋਦੀ ਸਰਕਾਰ ਨੂੰ ਕਹਿੰਦੇ ਹਾਂ ਕਿ ਜਿਨ੍ਹਾਂ ਨੇ ਆਹ ਬਿਆਨ ਦਿੱਤਾ ਹੈਗਾ ਕਿ ਅਗਰ ਇਹ 30 ਤਰੀਕ ਤੱਕ ਫੈਸਲਾ ਨਹੀਂ ਆਉਂਦਾ ਤਾਂ ਸੰਤ ਸਮਾਜ ਵੱਲੋਂ ਮਰਦ ਮੱਤ ਰੱਖੇ ਜਾਣਗੇ। ਅਤੇ ਨਾਲ ਹੀ ਅਸੀਂ ਇਹ ਵੀ ਕਹਾਂਗੇ, ਇਹਨਾਂ ਨੂੰ ਪੂਰਾ ਭਰੋਸਾ ਦਵਾਂਗੇ ਕਿ ਪੈਸੇ ਦੇ ਤੌਰ 'ਤੇ ਕਿਸੇ ਵੀ ਤਰ੍ਹਾਂ ਦੀ ਕੋਈ ਤੰਗੀ ਆਉਂਦੀ ਹੈਗੀ ਆ। ਅਤੇ ਪੂਰਾ ਜਿਹੜਾ ਐਨ ਆਰ ਆਈ ਸਮਾਜ, ਬਾਹਰਲਾ ਸਮਾਜ ਹੈਗਾ, ਕਿਸੇ ਵੀ ਮੁਲਕ ਦਾ ਹੈਗਾ, ਚਾਹੇ ਇੰਗਲੈਂਡ ਦਾ ਹੈਗਾ, ਚਾਹੇ ਆਪਣੇ ਕਿਸੇ ਵੀ ਕੰਟਰੀ ਦਾ ਹੈਗਾ, ਉਹ ਸਾਰਾ ਤੁਹਾਡੇ ਨਾਲ ਖੜਾ ਹੈ ਜੀ। ਬਾਕੀ ਸਾਡਾ ਇੱਕ ਜਿਹੜਾ ਹੈਗਾ ਵਰਲਡ ਦੇ ਵਿੱਚ ਦੀ ਗ੍ਰੇਟ ਚਮਾਰ ਜਿਹੜਾ ਹੈਗਾ ਆ, ਉਹ ਗਰੁੱਪ ਚੱਲ ਰਿਹਾ ਹੈਗਾ ਆ, ਜਿਹੜਾ ਕਿ ਬਹੁਤ ਹੀ ਵਧੀਆ ਕੰਮ ਕਰ ਰਿਹਾ ਹੈਗਾ ਆ। ਅਸੀਂ ਉਹਦੇ ਵੱਲੋਂ ਵੀ ਇਹ ਬਿਆਨ ਕਰਦੇ ਹੈਗੇ ਹਾਂ ਕਿ ਦੀ ਗ੍ਰੇਟ ਚਮਾਰ ਗਰੁੱਪ ਜਿਹੜਾ ਹੈਗਾ ਆ, ਉਹ ਵੀ ਪੂਰੇ ਸੰਤ ਸਮਾਜ ਦੇ ਨਾਲ ਪੂਰੀ ਇਹਨਾਂ ਨੇ ਵਾਹ ਨਾ ਵਾਹ ਲਾ ਕੇ ਇਹ ਦੇਖੋ ਜੀ, ਇਹਦੀ ਐਜੀਟੇਸ਼ਨ ਹੈਗੀ ਆ, ਇਹਨੂੰ ਤਾਂ ਹਾਲੇ 1.5 ਮਹੀਨਾ ਵੀ ਨਹੀਂ ਹੋਇਆ ਹੈਗਾ ਜੋ ਗੱਲ ਹੋਈ ਆ। ਜਿੱਦਣ ਤੋਂ ਇਹ ਗੱਲ ਚੱਲਦੀ ਹੈਗੀ ਆ, ਉਸ ਦਿਨ ਤੋਂ ਹੀ ਪੂਰੇ ਵਰਲਡ ਦੇ ਵਿੱਚ ਜਿੰਨਾ ਵੀ ਰਵਦਾਸੀਆ ਸਮਾਜ ਹੈਗਾ ਉਹ ਪੂਰਾ ਹੀ ਇੱਕਮੁੱਠ ਹੋ ਚੁੱਕਾ ਹੈਗਾ, ਇੱਕ ਜਾਗਰੂਕ ਹੋ ਚੁੱਕਾ ਹੈਗਾ ਆ। ਔਰ ਉਹਨਾਂ ਨੂੰ ਇਸ ਗੱਲ ਦਾ ਬਹੁਤ ਹੀ ਜ਼ਿਆਦਾ ਰੋਸ ਹੈਗਾ ਆ ਕਿ ਇਹ ਸਾਡੇ ਹੀ ਸਮਾਜ ਦੇ ਮੰਦਰ ਨੂੰ, ਜਿਹੜੇ ਕਿ ਬਿਲਕੁਲ ਸਾਡੇ ਕੋਲ ਪੂਰਾ ਉਹਦਾ ਕਾਗਜ਼ ਪੱਤਰ ਹੈਗਾ, ਰੈਵਨਿਊ ਰੈਕੋਰਡ 'ਚ ਉਹਦਾ ਰੈਕੋਰਡ ਹੈਗਾ, ਉਹਨੂੰ ਕਿਉਂ ਢਾਇਆ ਗਿਆ। ਸਾਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਦੁੱਖ ਹੈਗਾ ਵੀ ਇਹ ਜਿਹੜਾ ਭਾਰਤ ਮੁਲਕ ਹੈਗਾ ਆ, ਇਹ ਬਾਹਰੋਂ ਜਾ ਕੇ ਅਸੀਂ ਇਹਨਾਂ ਨੂੰ ਬਹੁਤ ਪੈਸਾ ਦਿੰਦੇ ਹੈਗੇ ਹਾਂ ਇਸ ਮੁਲਕ ਨੂੰ ਡਿਵੈਲਪ ਕਰਨ ਵਾਸਤੇ, ਸਮਾਜ ਨੂੰ ਡਿਵੈਲਪ ਕਰਨ ਵਾਸਤੇ। ਸਰ, ਮੁਲਕ ਭਾਈਚਾਰੇ ਦਾ ਇਹ ਵੀ ਹੈ ਕਿ ਜਿਹੜਾ ਸਾਡਾ ਸਮਾਜ ਦੇ ਐਨ ਆਰ ਆਈ ਆ, ਇਹ ਸਿਰਫ ਗੱਲਾਂ ਹੀ ਕਰਦੇ ਆ ਕਿ ਅਸੀਂ ਇਹਨਾਂ ਨੂੰ ਪੈਸਾ ਦਿੰਦੇ ਹਾਂ ਅਦਲਿਤ ਸਮਾਜ ਦੇ ਲਈ, ਸਕੂਲ ਦੇ ਲਈ, ਐਜੂਕੇਸ਼ਨ ਦੇ ਲਈ ਜਾਂ ਹੋਰ ਚੀਜ਼ਾਂ ਲਈ, ਵੀ ਸਾਡਾ ਕਦੇ ਕੁਛ ਨਹੀਂ। ਨਹੀਂ, ਇਹ ਤੁਹਾਡਾ ਮੈਂ ਤੁਹਾਡੇ ਇਸ ਬਿਆਨ ਦੇ ਨਾਲ ਮੈਂ ਸਹਿਮਤ ਨਹੀਂ ਹੈਗਾ ਕਿ ਜਿਹੜਾ ਹੈਗਾ ਬਾਹਰਲਾ ਜਿਹੜਾ ਆਪਾਂ ਤਾਂ ਪਹਿਲਾਂ ਮਾਈ ਸਾਹਿਬ ਆਮ ਨਾਡੇ ਦਲਿਤ ਆਮ ਰਵਦਾਸੀਆ ਜੀ, ਪਹਿਲਾਂ ਤਾਂ ਜਿਹੜਾ ਸਾਡੇ ਨਾਂ ਦੇ ਜਿਹੜਾ ਦਲਿਤ ਦਾ ਜਿਹੜਾ ਸਟਿਗਮਾ ਲਾਇਆ, ਦਲਿਤ ਮੀਨਸ ਇਟਸ ਡਾਊਨ ਟੂਡਨ ਪੀਪਲਸ, ਜਿਹੜੇ ਅਸੀਂ ਡਾਊਨ ਟੂਡਨ ਪੀਪਲ ਨਹੀਂ ਹੈਗੇ ਇਸ ਵੇਲੇ, ਸਾਡੇ ਵਿੱਚ ਵੀ ਓਨਾ ਹੀ ਹੱਕਦਾਰ ਹੈਗੇ ਨੇ ਜਿੰਨਾ ਕਿ ਦੂਸਰੀਆਂ ਬਰਾਦਰੀ ਹੱਕਦਾਰ ਹੈਗਾ। ਬਾਕੀ ਬਾਹਰਲੇ ਸਭ ਜਿਹੜੇ ਹੈਗੇ ਐਨ ਆਰ ਆਈ ਲੋਕ ਹੈਗੇ ਆ, ਉਹ ਇੱਥੇ ਦੇ ਇਕੱਲਾ ਉਹ ਜਿਹੜਾ ਹੈਗਾ ਰਵਦਾਸੀਆ ਸਮਾਜ ਵਾਲਮੀਕ ਸਮਾਜ ਲਈ ਨਹੀਂ ਹੈਲਪ ਕਰਦਾ ਹੈਗਾ, ਉਹ ਹੋਰ ਸਮਾਜ ਹੈਗਾ ਜਿਹੜਾ ਕਿ ਅਸੀਂ ਚੈਰਿਟੀ ਦਾ ਕੰਮ ਕਰਦੇ ਹੈਗੇ ਹਾਂ, ਅਸੀਂ ਉਹਨਾਂ ਦਾ ਪੂਰੀ ਸਪੋਰਟ ਕਰਦੇ ਹੈਗੇ, ਸਾਡੀਆਂ ਤੋਂ ਸੰਸਥਾਵਾਂ ਬਣੀਆਂ ਹੋਈਆਂ ਹੈਗੀਆਂ। ਅਸੀਂ ਇੰਗਲੈਂਡ ਦੇ ਵਿੱਚ 3 ਵਾਰੀ ਜਿਹੜੀ ਹੈਗੀ ਆ ਐਮਬੈਸੀ ਦੇ ਮੋਹਰੇ ਔਰ ਪਾਰਲੀਮੈਂਟ ਸਕੁਏਅਰ ਦੇ ਮੋਹਰੇ ਅਸੀਂ ਡੈਮੋਸਟ੍ਰੇਸ਼ਨ ਕਰ ਚੁੱਕੇ ਹਾਂ। ਦਿੱਲੀ ਤੁਗਲਕਾਬਾਦ ਢਾਏ ਗਏ, ਉਸ ਦੇ ਵਿਰੋਧ ਵਿੱਚ ਪੂਰੇ ਪੰਜਾਬ ਨੇ ਵੱਖ ਵੱਖ ਸਟੇਟਾਂ ਦੇ ਵਿੱਚ ਰੋਸ ਮੁਜ਼ਾਹਰੇ ਹੋਏ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਜਿਹੜੀਆਂ ਸੰਗਤਾਂ ਉਹਨਾਂ ਨੇ ਵੀ ਜਾ ਕੇ ਆਪਣੇ ਜਿਹੜੇ ਇੰਡੀਆ ਦੇ ਆ ਉਹਨਾਂ ਦੇ ਮੂਹਰੇ ਵੀ ਜਾ ਕੇ ਉਹਨਾਂ ਨੇ ਧਾਰਨੇ, ਔਰ ਉਸ ਤੋਂ ਬਾਅਦ ਪੂਰੇ ਪੰਜਾਬ ਤੋਂ ਹਰੇਕ ਭਾਰਤ ਤੋਂ ਦਿੱਲੀ ਦੇ ਵਿੱਚ ਵੀ 21 ਨੂੰ ਜਾ ਕੇ ਪਹੁੰਚੇ, ਪਰ ਸਰਕਾਰਾਂ ਦੇ ਕੋਈ ਵੀ ਕੰਮ 'ਤੇ ਜ਼ਰੂਰੀ ਸਨ। ਉਸ ਤੋਂ ਬਾਅਦ ਸੰਤ ਸਮਾਜ ਵੱਖ ਵੱਖ ਨੇਤਾ ਦੇ ਕੋਲ ਮਿਲੇ ਆ, ਵੱਖ ਵੱਖ ਪਾਰਟੀਆਂ ਨੂੰ ਨਾਲ ਵੀ ਇਹਨਾਂ ਨੇ ਮੁੰਡਾ ਰਾਬਤਾ ਕਾਇਮ ਕੀਤਾ, ਪਰ ਫਿਰ ਵੀ ਉਹਨਾਂ ਨੇ ਲਾਰਾ ਲਾਇਆ ਸੀ, ਉਹਨਾਂ ਨੇ ਸ਼ੀਸ਼ਾ ਸਿੱਧਾ ਨਹੀਂ ਸ਼ੀਸ਼ਾ ਦਿਖਾ ਲਿਆ, ਸ਼ੀਸ਼ਾ ਦਿਖਾ ਲਿਆ ਹੁੰਦਾ ਸਾਡੇ ਜਿਹੜੇ ਨੌਜਵਾਨ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਬਾਹਰ ਆਉਣਗੇ, ਉਹ ਵੀ ਨਹੀਂ ਆਏ। ਗੁਰੂ ਘਰ ਦੀ ਦੀਵਾਰ ਤੋਂ ਉੱਠ ਕਹਿੰਦੇ ਅੰਦਰ ਸਾਨੂੰ ਮੱਥਾ ਟੇਕਣ ਦੀ ਇਜਾਜ਼ਤ ਦੇਵਾਂਗੇ, ਉਹ ਵੀ ਨਹੀਂ ਦਿੱਤੀ। ਹੁਣ ਜਿਹੜੀ ਉਹਨਾਂ ਨੇ 13 ਤਰੀਕ ਤੋਂ ਜਾ ਕੇ ਸਿੱਧੀ 30 ਤਰੀਕ ਪਾਤੀ, 30 ਤਰੀਕ ਤੋਂ ਬਾਅਦ ਹੁਣ ਜੇ ਸਾਡੇ ਸਮਾਜ ਦੇ ਹੱਕ ਵਿੱਚ ਫੈਸਲਾ ਹੁੰਦਾ ਤਾਂ ਠੀਕ ਹੈ, ਜੇ ਨਹੀਂ ਹੁੰਦਾ ਤਾਂ ਸੰਤ ਸਮਾਜ ਜਿਹੜਾ ਆ ਉਹ ਮਰਨ ਵਾਸਤੇ ਬੈਠੇਗਾ ਦਿੱਲੀ ਜੰਤਰ ਮੰਤਰ 'ਤੇ, ਔਰ ਅਣਮਿੱਥ ਸਮੇਂ ਲਈ ਪਹਿਲੀ ਨੂੰ ਬੈਠੇਗਾ। ਜੇ ਤਾਂ ਫਿਰ 30 ਨੂੰ ਫੈਸਲਾ ਆ ਜਾਂਦਾ, ਅਸੀਂ ਧੰਨਵਾਦ ਕਰਾਂਗੇ, ਜੇ ਨਹੀਂ ਆਉਂਦਾ ਤਾਂ ਸੰਤ ਸਮਾਜ ਉਹ ਮਰਨ ਵਾਸਤੇ ਬੈਠੇਗਾ, ਉਨਾ ਚਿਰ ਜਿੰਨਾ ਚਿਰ ਸਾਡੇ ਸਮਾਜ ਦੇ ਹੱਕ ਦੇ। ਹਾਂਜੀ, 1 ਅਕਤੂਬਰ ਆ ਗਈ। ਧੰਨਵਾਦ।